ਦੈਨਿਕ ਸਵੇਰਾ ਦੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਾਰਦਵਾਜ। ਤੁਹਾਨੂੰ ਹਰ ਤਰ੍ਹਾਂ ਦੀ ਖਬਰ ਤੋਂ ਆਪਾਂ ਰੂਬਰੂ ਕਰਵਾਉਂਦੇ ਹਾਂ, ਚਾਹੇ ਉਹ ਖੇਡ ਦੇ ਨਾਲ ਹੋਵੇ, ਚਾਹੇ ਉਹ ਕਿਸੇ ਰਾਜਨੀਤਿਕ ਖਬਰ ਹੋਵੇ, ਚਾਹੇ ਉਹ ਕਿਸੇ ਦੇ ਪ੍ਰਤਾੜਨਾ ਦੀ ਖਬਰ ਹੋਵੇ। ਪਰ ਅੱਜ ਤੁਹਾਨੂੰ ਇੱਕ ਅਜਿਹੀ ਖਬਰ ਦੇ ਨਾਲ ਰੂਬਰੂ ਕਰਵਾ ਰਹੇ ਹਾਂ ਜੋ ਕਿ ਇੱਕ ਰਾਜਨੀਤੀ ਦੇ ਨਾਲ ਤਾਂ ਜੁੜੀ ਹੋਈ ਹੈ, ਪਰ ਇੱਕ ਆਮ ਵਿਅਕਤੀ ਦੇ ਨਾਲ ਵੀ ਜੁੜੀ ਹੈ। ਤਾਂ ਦੱਸ ਦਈਏ ਕਿ ਚਾਹੇ ਕੋਈ ਰਾਜਨੇਤਾ ਹੋਵੇ ਜਾਂ ਅਭਿਨੇਤਾ ਹੋਵੇ, ਉਹ ਜਦੋਂ ਆਪਣੀ ਰੂਲਿੰਗ ਪਾਰਟੀ ਦੇ ਵਿੱਚ ਜਾਂ ਫਿਰ ਕਿਸੇ ਵੀ ਹਲਕੇ ਦਾ MLA ਹੋਵੇ, MP ਹੋਵੇ, ਜਦ ਰਹਿੰਦਾ ਤਾਂ ਉਹਦੇ ਜਿਹੜੇ ਬੱਚੇ ਆ ਵੱਡੀਆਂ ਉਪਲਬਧੀਆਂ ਜਿਹੜੀਆਂ ਕਿ ਹਾਸਿਲ ਕਰਦੇ ਨੇ। ਕਈ ਰਾਜਨੇਤਾ ਅਜਿਹੇ ਵੀ ਨੇ ਜਿਨ੍ਹਾਂ ਦੇ ਬੱਚੇ ਕਿ ਵੱਡੇ ਆਪਣੇ ਕੰਮਕਾਜ ਸੈਟਲ ਕਰਕੇ ਜਿਹੜੇ ਕਿ ਬਾਹਰ ਨੂੰ ਜਾਂਦੇ ਨੇ। ਪਰ ਪਠਾਨਕੋਟ ਜ਼ਿਲ੍ਹੇ ਦੀ ਜੇਕਰ ਗੱਲ ਕਰੀਏ ਤਾਂ ਹਲਕਾ ਭੋਆ ਦੇ ਵਿੱਚ ਦੋ ਵਾਰੀ MLA ਰਹਿ ਚੁੱਕੇ ਰਾਮ ਲਾਲ ਜੀ, ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਨੇ। ਉਹਨਾਂ ਦੇ ਬੇਟੇ ਜਿਹੜੇ ਕਿ ਪਠਾਨਕੋਟ ਦੇ ਵਿੱਚ ਲਾਈਟਾਂ ਵਾਲੇ ਚੌਂਕ 'ਚ ਆਪਣਾ ਜਿਹੜਾ ਗੁਜ਼ਰ ਬਸਰ ਹੈ, ਇੱਕ ਚਾਹ ਦਾ ਠੇਲਾ ਲਗਾ ਕੇ ਕਰਦੇ ਨੇ, ਮੇਰੇ ਨਾਲ ਮੌਜੂਦ ਨੇ, ਮੈਂ ਸਾਰੀ ਗੱਲਬਾਤ ਕਰਾਂਗਾ ਉਹਨਾਂ ਨਾਲ। ਸਰ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਦੈਨਿਕ ਸਵੇਰਾ। ਧੰਨਵਾਦ ਜੀ। ਦੋ ਵਾਰ ਤੁਹਾਡੇ ਪਿਤਾ ਜੀ MLA ਰਹੇ ਨੇ ਭੂਆ ਦੇ ਵਿੱਚੋਂ ਜੀ, ਇੱਕ ਵਾਰ ਨਰੋਟ ਮਹਿਰਾ 'ਚੋਂ ਰਹੇ ਨੇ, ਇੱਕ ਵਾਰੀ ਭੂਆ ਦੇ ਵਿੱਚੋਂ ਰਹੇ ਨੇ। ਪਰ ਜੇਕਰ ਗੱਲ ਕਰੀਏ ਰਾਜਨੇਤਾਵਾਂ ਦੀ, ਤਾਂ ਉਹਨਾਂ ਦੇ ਜਿਹੜੇ ਬੱਚੇ ਨੇ ਵੱਡੀਆਂ ਬੁਲੰਦੀਆਂ ਦੇ ਉੱਪਰ ਇਸ ਵੇਲੇ ਬੈਠੇ ਨੇ ਜਾ ਕੇ, ਚਾਹੇ ਉਹ ਪੈਸੇ ਦੇ ਬਲ 'ਤੇ ਹੋਣ, ਚਾਹੇ ਜਿੱਦਾਂ ਮਰਜ਼ੀ ਹੋਣ। ਤੁਸੀਂ ਕਿਵੇਂ ਦੇਖਦੇ ਹੋ, ਤੁਸੀਂ ਇੱਕ ਚਾਹ ਦਾ ਜਿਹੜਾ ਕਿ ਠੇਲਾ ਚਲਾ ਰਹੇ ਹੋ ਔਰ ਦੂਸਰੇ ਪਾਸੇ ਤੁਸੀਂ ਸਮਾਜ ਸੇਵਾ ਦੇ ਵਿੱਚ ਵੀ ਰਹਿੰਦੇ ਹੋ? ਦੇਖੋ ਜੀ, ਇਹ ਤਾਂ ਆਪਣੇ ਆਪਣੇ ਸਿਧਾਂਤਾਂ ਦੀ ਗੱਲ ਹੈ ਕਿ ਜਿਸ ਬੰਦੇ ਨੇ ਅੱਛੇ ਸਿਧਾਂਤ ਬਣਾਏ ਉਹਨਾਂ ਦੇ ਪਰਿਵਾਰਾਂ ਦਾ ਤੁਸੀਂ ਵਿਊ ਦੇ ਰਹੇ ਹੋ ਜਾਂ ਉਹਨਾਂ ਦੀ ਰਾਜਨੀਤੀ ਬਾਰੇ ਪੁੱਛਦੇ ਹੋ। ਮੇਰੇ ਫਾਦਰ ਸਾਹਿਬ ਇੱਕ ਗਰੀਬੀ ਰੇਖਾ ਦੇ ਵਿੱਚੋਂ MLA ਬਣੇ ਸਨ, ਦੋ ਵਾਰ ਬਣੇ। ਉਹ ਟੇਲਰ ਮਾਸਟਰ ਦਾ ਕੰਮ ਕਰਦੇ ਸਨ ਔਰ ਗਰੀਬਾਂ ਨਾਲ ਉਹਨਾਂ ਦਾ ਬੜਾ ਲਗਾਵ ਰਿਹਾ ਉਹਨਾਂ ਦਾ, ਅਤੇ ਗਰੀਬ ਵੀ ਉਹਨਾਂ ਨੂੰ ਗਰੀਬਾਂ ਦਾ ਮਸੀਹਾ ਸਮਝਦੇ ਨੇ, ਅੱਜ ਸਮਾਜ 'ਚੋਂ ਚਲ ਗਏ ਦੇ ਨੇ। ਲੇਕਿਨ ਅਸੀਂ ਬੜੇ ਖੁਸ਼ ਨਸੀਬ ਆ ਕਿ ਅਸੀਂ ਉਹਨਾਂ ਦੀ ਔਲਾਦ ਆ ਔਰ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਅੱਜ ਅਸੀਂ ਚਾਹ ਵਾਲੀ ਠੇਲੀ ਲਾ ਕੇ ਅਤੇ ਆਪਣਾ ਜੀਵਨ ਬਤੀਤ ਕਰ ਰਿਹਾ। ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਪਬਲਿਕ ਦੇ ਵਿੱਚ ਰਹਿੰਦਾ, ਮੇਰੇ ਜਿੱਦਾਂ ਪਿਤਾ ਜੀ ਗਰੀਬਾਂ ਦੇ ਨਾਲ ਰਹਿੰਦੇ ਸਨ, ਉਸੇ ਤਰ੍ਹਾਂ ਮੈਂ ਵੀ ਅੱਜ ਲਾਈਟਾਂ ਵਾਲੇ ਚੌਂਕ ਪਠਾਨਕੋਟ ਦੇ ਵਿੱਚ ਲੋਕਾਂ ਦੇ ਨਾਲ ਰੂਬਰੂ ਹੁੰਦਾ ਰਹਿੰਦਾ, ਗਰੀਬ ਸਮਾਜ ਦੇ ਦੁੱਖ ਤਕਲੀਫਾਂ ਦੇ ਵਿੱਚ ਸ਼ਾਮਿਲ ਹੁੰਦਾ ਰਹਿੰਦਾ। ਪਿਤਾ ਜੀ ਜਵਾਨੀ ਟਾਈਮ ਦੇ ਉੱਤੇ ਹੀ ਲੋਕਾਂ ਦੇ ਪ੍ਰਤੀ ਉਹਨਾਂ ਨੇ ਆਪਣਾ ਆਪ ਸਫਰ ਕਰ ਬੈਠੇ ਸਨ ਔਰ ਲੋਕਾਂ ਦੀ ਬਿਹਤਰੀ ਲਈ, ਲੋਕਾਂ ਦੇ ਇਨਸਾਫ ਦਵਾਉਣ ਦੇ ਵਿੱਚ ਉਹ ਸੰਘਰਸ਼ ਕਰ ਹੀ ਰਹੇ ਨੇ। ਗਰੀਬਾਂ ਦੇ ਨਾਲ ਕੰਧੇ ਨਾਲ ਕੰਧਾ ਲਾ ਕੇ ਚੱਲਣ ਵਾਲੇ ਪੂਰਵ ਵਿਧਾਇਕ ਰਾਮ ਲਾਲ ਜੀ ਸਨ। ਯਾਰ, ਅਸੀਂ ਵੀ ਦੇਖਦੇ ਰਹੇ ਤੁਹਾਡੇ ਪਿਤਾ ਜੀ ਨੂੰ, ਬੇਸ਼ੱਕ ਉਸ ਵੇਲੇ ਮੈਂ ਮੀਡੀਆ ਜਗਤ ਲਾਈਨ ਦੇ ਵਿੱਚ ਨਹੀਂ ਸੀਗਾ, ਪਰ ਆਪਾਂ ਦੇਖਦੇ ਰਹੇ ਉਸ ਵੇਲੇ ਕਿ ਤੁਹਾਡੇ ਪਿਤਾ ਜੀ ਕਿਸ ਤਰ੍ਹਾਂ ਦੇ ਨਾਲ, ਇੱਕ ਸਿਰਫ ਅੱਜ ਕੱਲ੍ਹ ਲੀਡਰਾਂ ਦੀ ਗੱਲ ਕਰੀਏ ਤਾਂ ਗੱਡੀਆਂ ਕਾਰਾਂ ਦੇ ਵਿੱਚ AC ਤੋਂ ਥੱਲੇ ਨਹੀਂ ਉਤਰਦੇ, ਪਰ ਤੁਹਾਡੇ ਪਿਤਾ ਜੀ ਚਾਹੇ ਰਿਕਸ਼ਾ ਹੋਵੇ ਚਾਹੇ ਆਟੋ ਹੋਵੇ, ਉਹਦੇ 'ਤੇ ਜਾ ਕੇ ਲੋਕਾਂ ਦੀ ਜਿਹੜੀ ਸਮੱਸਿਆ ਦਾ ਹੱਲ ਕਰਵਾਉਂਦੇ ਸੀਗੇ। ਕੀ ਤੁਸੀਂ ਵੀ ਉਹਨਾਂ ਦੇ ਸਿਧਾਂਤਾਂ ਉੱਤੇ ਚੱਲੇ ਹੋਏ ਤੱਕ? ਦੇਖੋ ਜੀ, ਅੱਜ ਅਸੀਂ ਸਭ ਕੁਝ ਦੇਖ ਚੁੱਕੇ ਹਾਂ, ਦੋ ਵਾਰੀ ਜਿਹਨਾਂ ਦੇ ਪਿਤਾ ਵਿਧਾਇਕ ਰਹੇ ਹੋਣ। ਖੁਦ ਮੈਂ ਮਾਰਕੀਟ ਕਮੇਟੀ ਦਾ ਚੇਅਰਮੈਨ ਰਿਹਾ, ਪਹਿਲਾਂ ਤਾਂ ਅਨਾਜ ਦੀ ਸੇਵਾ ਕਰਦਾ ਰਿਹਾ, ਰੱਖ ਰਖਾਵ ਸੁੱਕੇ ਦੀ, ਅੱਜ ਮੈਂ ਲੋਕਾਂ ਨੂੰ ਬਣਾ ਬਣਾ ਕੇ ਖਵਾਉਂਦਾ ਪਿਆ, ਕੋਈ ਸੰਭਾਲ ਕਰਦਾ ਸੀ ਹੁਣ ਬਣਾ ਕੇ ਖਵਾ ਰਿਹਾ। ਇਹ ਸਭ ਪ੍ਰਭੂ ਦੀ ਲੀਲਾ, ਕਿਉਂਕਿ ਸਾਡੇ ਪਿਤਾ ਜੀ ਨੇ ਸਿਧਾਂਤਾਂ 'ਤੇ ਆਪਣੇ ਪੈਰਾਂ 'ਤੇ ਆਪ ਖੜ੍ਹੇ ਹੋ ਕੇ ਕੰਮ ਕਰਨ ਦਾ ਜਿਹੜਾ ਜਜ਼ਬਾ ਸੀ ਉਹ ਦਿੱਤਾ ਹੋਇਆ, ਅਸੀਂ ਕਰ ਰਹੇ ਹਾਂ। ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਕਿ ਮੈਂ ਉਹਨੂੰ ਦੱਸਦਾ, ਲੇਕਿਨ ਰਾਜ ਭਾਗ ਵੀ ਦੇਖੇ ਨੇ, ਸਭ ਕੁਝ ਦੇਖਿਆ ਹੋਇਆ। ਲੇਕਿਨ ਜਿਨ੍ਹਾਂ ਸਮੇਂ ਦੀ ਤੁਸੀਂ ਗੱਲ ਕਰ ਰਹੇ ਹੋ, ਸਮੇਂ ਦੇ ਵਿੱਚ ਜਿਹਨੇ ਨੇਤਾ ਸਨ ਉਹ ਲੋਕਾਂ ਦੇ ਪ੍ਰਤੀ ਉਹਨਾਂ ਦਾ ਲਗਾਵ ਹੁੰਦਾ ਰਿਹਾ, ਲੇਕਿਨ ਇਮਾਨਦਾਰ ਨੇਤਾ ਹੁੰਦੇ ਰਹੇ ਸਨ, ਜਿਹੜੇ ਪਬਲਿਕ ਦੇ ਇੱਕ ਇੱਕ ਬੋਰਡ ਦੇ ਲੋਕਾਂ ਦੇ ਪਰਿਵਾਰਾਂ ਵਿੱਚ ਜਾਂਦੇ ਸਨ, ਉਹਨਾਂ ਨੂੰ ਕਹਿੰਦੇ ਰਹੇ ਕਿ ਅਸੀਂ ਤੁਹਾਡੇ ਪਰਿਵਾਰਾਂ ਦੇ ਮੈਂਬਰ ਬਣ ਰਹੇ ਹਾਂ, ਤੁਸੀਂ ਸਾਨੂੰ ਵੋਟਾਂ ਪਾ ਕੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜ ਦਿਓ, ਉਹ ਸਾਨੂੰ ਸਾਰੀਆਂ ਸੁਵਿਧਾਵਾਂ MLA ਮੰਤਰੀਆਂ ਨੂੰ ਮਿਲਦੀਆਂ ਨੇ, ਉਹ ਗਰੀਬ ਦੀ ਵੋਟ ਨਾਲ ਹੈ, ਹਰ ਇਨਸਾਨ ਦੀ ਵੋਟ ਦੇ ਨਾਲ ਮਿਲਦੀ ਆ।
ਇਹੀ ਚੀਜ਼ਾਂ ਉਹਨਾਂ ਨੂੰ ਅੱਜ ਦੇ ਨੇਤਾ ਨੂੰ ਵੀ ਸੋਚ ਲੈਣੀਆਂ ਚਾਹੀਦੀਆਂ ਕਿ ਅਸੀਂ ਜਿਨ੍ਹਾਂ ਲੋਕਾਂ ਦੇ ਪਰਿਵਾਰਾਂ ਦਾ ਮੈਂਬਰ ਬਣ ਕੇ ਅਸੀਂ ਵੋਟਾਂ ਲੈਂਦੇ ਹਾਂ ਅਤੇ ਉਹਨਾਂ ਦਾ ਜਦੋਂ ਅਸੀਂ ਬਣ ਜਾਂਦੇ ਹਾਂ ਸ਼ਹਿਰ, ਉਹ ਸਾਰੀਆਂ ਹੀ ਸੁਵਿਧਾਵਾਂ ਜਿਹੜੀ ਗੌਰਮੈਂਟ ਪ੍ਰੋਵਾਈਡ ਕਰਦੀ ਹੈ, ਉਹ ਗੱਡੀਆਂ ਦੀ ਹੋਣ, ਤੇਲ ਦੀ ਹੋਣ, ਪੈਸੇ ਦੀ ਹੋਣ, ਈਵਨ ਦੈਨ ਕਿ ਜਿੰਨੇ ਪੂਰੇ ਵਰਲਡ ਦੇ ਵਿੱਚ ਉਹਨਾਂ ਨੂੰ ਘੁੰਮਣ ਦਾ ਮੌਕਾ ਵੀ ਮਿਲਦਾ, ਫਰੀ ਆਫ ਕਾਸਟ ਜਹਾਜ਼ ਵਿੱਚ ਜਾਣ ਦਾ ਵੀ ਮੌਕਾ ਮਿਲਦਾ। ਇਹ ਚੀਜ਼ਾਂ ਜਿਹੜੀਆਂ ਇੱਕ ਆਮ ਨਾਗਰਿਕ ਦੇ ਨਾਲ ਜੁੜੀਆਂ ਹੋਈਆਂ ਨੇ, ਜਿਨ੍ਹਾਂ ਨੇ ਵੋਟ ਪਾ ਕੇ ਉਹਨਾਂ ਨੂੰ ਇਸ ਨੁਮਾਇੰਦਿਆਂ 'ਤੇ ਭੇਜਿਆ ਹੁੰਦਾ। ਲੇਕਿਨ ਅੱਜ ਜਿਹੜਾ ਦੌਰ ਚੱਲ ਰਿਹਾ, ਕਹਿੰਦੇ ਕੁਛ ਨੇ, ਕਰਦੇ ਕੁਛ ਨੇ, ਸਾਡੇ ਪਿਤਾ ਜੀ ਜਿਹੜੇ ਟਾਈਮ 'ਤੇ ਸਨ ਉਹ ਸਮਾਜ ਦੀ ਸੇਵਾ ਲਈ ਆਪਣੇ ਆਪ 'ਚ ਸਮਰਪਿਤ ਸਨ, ਉਹ ਦੁੱਖਾਂ ਦੇ ਵਿੱਚ ਵੀ ਲੋਕਾਂ ਦੇ ਸਮਲਿਤ ਹੁੰਦੇ ਰਹੇ ਸਨ, ਹਰ ਗੱਲ ਦੇ ਵਿੱਚ ਉਹ ਸ਼ਾਮਿਲ ਹੁੰਦੇ ਸਨ। ਲੇਕਿਨ ਅੱਜ ਦੇ ਨੇਤਾ ਜਿਹੜੇ ਨੇ ਉਹ ਇੱਕ ਪ੍ਰੋਜੈਕਟਾਂ ਦੀ ਦੌੜ 'ਚ ਰਹਿ ਗਏ ਨੇ, ਉਹ ਪ੍ਰੋਜੈਕਟ ਵੱਡੇ ਵੱਡੇ ਵਿਕਾਸ ਦੇ ਕੰਮਾਂ ਦੇ ਵਿੱਚ ਰਹਿ ਗਏ ਨੇ। ਹੈ ਤਾਂ ਪਬਲਿਕ ਲਈ ਹੁੰਦੇ ਨੇ, ਲੇਕਿਨ ਪਬਲਿਕ ਦੇ ਪ੍ਰਤੀ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਨਾਲ ਸਾਂਝ ਬਣਾਉਣ ਵਿੱਚ ਬੜੀ ਦੂਰੀ ਬਣਾਈ ਰੱਖੀ ਹੋਈ ਆ, ਔਰ ਉਹ ਪ੍ਰੋਜੈਕਟਾਂ ਦੇ ਵਿੱਚ ਹੀ ਉਹਨਾਂ ਨੂੰ ਕਿਆ ਲੱਭਦਾ ਕਿਆ ਨਹੀਂ ਲੱਭਦਾ ਉਹਨਾਂ ਨੂੰ, ਉਹਦੇ ਦੁਆਰਾ ਹੀ ਅੱਜ ਦਾ ਜਿਹੜਾ ਜੀਵਨ ਬਤੀਤ ਕਰ ਰਹੇ ਨੇ। ਲੇਕਿਨ ਜ਼ਮੀਨੀ ਸਤਰ 'ਤੇ ਅੱਜ ਵੀ ਜਿਹੜਾ ਸਮਾਜ ਉਹ ਕੀ ਦੱਸ ਸਕਦੇ ਹਾਂ ਕਿ ਆਜ਼ਾਦੀ ਤੋਂ ਬਾਅਦ ਵੀ ਜਿੱਦਾਂ ਦਾ ਹੀ ਅੱਜ, ਉਹਦੇ ਨਾਲ ਵੀ ਕੁਛ ਮੈਨੂੰ ਗੜਬੜ ਲੱਗਦਾ ਕਿ ਅੱਜ ਅਸੀਂ ਦੇਖਦੇ ਹਾਂ ਚੌਂਕ ਦੇ ਵਿੱਚ 100 ਦੇ ਵਿੱਚੋਂ 10 ਬੰਦੇ ਉਹੋ ਜਿਹੇ ਨੇ ਜਿਹੜੇ ਲੇਬਰ ਦਾ ਕੰਮ ਕਰਦੇ ਰਹੇ ਨੇ। ਲੇਕਿਨ ਅੱਜ ਉਹਨਾਂ ਦੀ ਇਹ ਸਥਿਤੀ ਹੈ ਕਿ ਉਹ ਜਿਹੜੇ ਬੰਦੇ ਨੇ ਕੋਈ ਮੈਂਟਲੀ ਅਪਸੈਟ ਹੋ ਚੁੱਕੇ ਨੇ, ਦੁਨੀਆ ਕੰਮ ਕਰਨ ਦੀ ਉਹਨਾਂ ਦੀ ਸ਼ਮਤਾ ਨਹੀਂ ਰਹੀ, ਔਰ ਕਿਸੇ ਨੇ ਬੋਰੀ ਮੋਢੇ 'ਤੇ ਲਾਈ ਹੋਈ ਹੈ, ਔਰ ਕੋਈ ਕੂੜਾ ਕਰਕਟ ਜੋ ਬੋਤਲੀ ਖਾਲੀ ਲੱਭ ਕੇ ਉਹਦੇ ਵਿੱਚ ਪਾ ਰਿਹਾ, ਔਰ ਉਹਨਾਂ ਨੂੰ ਕੋਈ ਸਾਡੇ ਜ਼ਿਲ੍ਹਿਆਂ ਦੇ ਵਿੱਚ ਇੰਡਸਟਰੀਆਂ ਨਾ ਹੋਣ ਕਾਰਨ ਉਹਨਾਂ ਕੰਮ ਤੋਂ ਦੂਰ ਹੋ ਕੇ ਮੈਂਟਲੀ ਅਪਸੈਟ ਹੋ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ, ਕੋਈ ਤਾਂ ਅੱਧੇ ਤੇ ਸਾਧੂ ਸਮਾਜ ਦੀ ਚੋਲੇ ਨੂੰ ਪਾ ਕੇ ਤੋ ਭੀਖ ਮੰਗਣ ਦਾ ਕੰਮ ਕਰ ਰਹੇ ਨੇ। ਔਰ ਲੋਕ ਸਾਡਾ ਸਮਾਜ ਹਿੰਦੁਸਤਾਨ ਇੱਕ ਗੱਲ 'ਤੇ ਜ਼ਰੂਰ ਹੈ ਕਿ ਸਾਧੂਆਂ ਦੀ ਕਦਰ ਕਰਦਾ ਆਇਆ, ਅੱਜ ਵੀ ਜਿਹੜੇ ਓਰਿਜਨਲ ਕਹਿੰਦੇ ਜਿਨ੍ਹਾਂ ਨੂੰ ਕਹਿ ਦਈਏ ਸਾਧੂ ਸਮਾਜ ਜਿਹੜਾ ਲੋਕਾਂ ਦੀ ਦੇਖ ਰੇਖ ਕਰਦੇ ਨੇ, ਅੱਜ ਉਹਨਾਂ ਦੇ ਚੋਲੇ ਦੇ ਨਾਲ ਆਮ ਜਿਹੜੇ ਕੰਮ ਕਾਜ ਨਹੀਂ ਕਰ ਸਕਦੇ ਅੱਜ ਉਹਨਾਂ ਨੂੰ ਵੀ ਲੋਕ ਦਾਨ ਦਕਸ਼ਣਾ ਦਿੰਦੇ ਨੇ। ਇਹ ਬੜੀ ਵੱਡੀ ਗੱਲ ਆ ਕਿ ਉਹਨਾਂ ਦੇ ਚੋਲੇ ਨੂੰ ਪ੍ਰਣਾਮ ਹੈ। ਜੇਕਰ ਗੱਲ ਤੁਹਾਡੀ ਕੀਤੀ ਜਾਵੇ ਤਾਂ ਤੁਸੀਂ ਜਿਹੜਾ ਗੁਜ਼ਰ ਬਸਰ ਆਪਣਾ ਜਿਹੜਾ ਕਰ ਰਹੇ ਹੋ, ਪਰਿਵਾਰ ਤਾਂ ਵਧੀਆ ਚੱਲ ਰਿਹਾ ਇੱਥੋਂ ਦੀ ਚਾਹ ਦੀ ਰੇਹੜੀ ਉੱਤੋਂ, ਅਤੇ ਦੂਸਰੇ ਪਾਸੇ ਗੱਲ ਕਰੀਏ ਲੀਡਰਾਂ ਦੀ, ਤੁਹਾਨੂੰ ਅੱਜ ਤੱਕ ਕਿਸੇ ਪੋਲੀਟੀਕਲ ਪਾਰਟੀ ਨੇ ਉਸ ਤੋਂ ਬਾਅਦ ਤੁਹਾਨੂੰ ਕੋਈ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਵੀ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜੋ, ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਆਪਣੇ ਫਾਦਰ ਸਾਹਿਬ ਦੇ ਟਾਈਮ 'ਤੇ ਕਮੇਟੀ ਦੇ ਚੇਅਰਮੈਨ ਵੀ ਰਹੇ ਹੋ? ਜੀ ਜੀ, ਦੇਖੋ ਜੀ, ਰਾਜਨੀਤੀ ਜਿਹੜੀ ਆ ਅੱਜ ਤਾਂ ਅੱਜ ਦੇ ਸਮੇਂ ਦੇ ਵਿੱਚ ਵਪਾਰ ਬਣ ਚੁੱਕੀ ਆ। ਕਿਉਂ ਕਹਿ ਰਿਹਾ ਕਿ ਅੱਜ ਦੇਖੋ ਜਿੰਨੇ ਵੀ ਨੇਤਾ ਬੰਦੇ ਨੇ, ਆ ਗਰੀਬ ਸਮਾਜ ਦਾ ਨੇਤਾ ਕੋਈ ਨਹੀਂ ਬੰਦਾ, ਕਿਉਂਕਿ ਉਹਦੇ ਕੋਲ ਪੈਸੇ ਨਹੀਂ। ਉਹ ਅੱਜ ਦੇ ਦੌਰ ਦੇ ਵਿੱਚ ਇਲੈਕਸ਼ਨ ਲੜਨਾ ਇੱਕ ਬਹੁਤ ਵੱਡੀ ਗੱਲ ਹੋ ਗਈ ਆ, ਪੈਸੇ ਦਾ ਦੌਰ ਦੇਖ ਰਹੀ ਆ ਦੁਨੀਆ। ਜਿਹੜੀਆਂ ਬੁਰੀਆਂ ਆਦਤਾਂ ਪਬਲਿਕ ਨੂੰ ਪਾ ਕੇ ਵੋਟਾਂ ਲੈਂਦੇ ਨੇ, ਕੋਈ ਸ਼ਰਾਬਾ ਦੇ ਕੇ, ਪੈਸੇ ਦੇ ਕੇ, ਉਹਦੇ ਦੁਆਰਾ ਅੱਜ ਗਰੀਬ ਦਾ ਜਿਹੜਾ ਹੱਕ ਰਾਜਨੀਤੀ ਦੇ ਵਿੱਚ ਖੋਟਾ ਜਾ ਰਿਹਾ, ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਉਹਨਾਂ ਕੋਲ ਪੈਸੇ ਹੈ ਨਹੀਂ। ਪਹਿਲੇ ਲੱਭਦੇ ਨੇ ਕਿ ਅਸੀਂ ਉਹਨਾਂ ਕੈਂਡੀਡੇਟਾਂ ਨੂੰ ਲਿਆਈਏ, ਔਰ ਸਾਰੀਆਂ ਪਾਰਟੀਆਂ ਦੇ ਵਿੱਚ ਹੈ ਔਰ ਲੱਗੀ ਦੀ ਆ, ਕਿ ਅਸੀਂ ਨੇਤਾ ਉਹੀ ਲਿਆਈਏ ਜਿਹੜਾ ਕਰੋੜਾਂ ਅਰਬਾਂ ਰੁਪਈਆ ਜਿਹਦੇ ਕੋਲ ਹੋਵੇ, ਉਹ ਇਲੈਕਸ਼ਨਾਂ ਦੇ ਫੰਡ ਦੇ ਵਿੱਚ ਲੋਕਾਂ ਨੂੰ ਖਰੀਦ ਸਕੇ, ਔਰ ਆਪਣੀਆਂ ਵੋਟਾਂ ਹਾਸਲ ਕਰ ਸਕਣ ਅਤੇ ਜਿੱਤ ਪ੍ਰਾਪਤ ਕਰ ਸਕੇ। ਉਹਦੇ ਦੁਆਰਾ ਅੱਜ ਜਿਹੜੀ ਆ ਗਰੀਬ ਦੇ ਸਮਾਜ ਘਰ ਦੇ ਵਿੱਚ ਉਹ ਰਾਜਨੀਤੀ ਬਿਲਕੁਲ ਖਤਮ ਹੈ। ਪਹਿਲੇ ਹੀ ਕਿ ਜਦੋਂ ਸਾਡੇ, ਮੈਂ ਤੁਹਾਨੂੰ ਪਹਿਲੇ ਹੀ ਗੱਲ ਕਰ ਚੁੱਕਾ, ਮੇਰੇ ਪਿਤਾ ਜੀ ਇੱਕ ਗਰੀਬੀ ਰੇਖਾ ਦੇ ਵਿੱਚ ਪੈਦਾ ਹੋਏ ਸਨ, ਟੇਲਰ ਮਾਸਟਰ ਦਾ ਕੰਮ ਕਰਦੇ ਸਨ, 2 ਵਾਰੀ ਵਿਧਾਇਕ ਬਣ ਗਏ ਸਨ, ਉਦੋਂ ਸਮਾਜ ਦੇ ਵਿੱਚ ਜਜ਼ਬਾ ਸੀ ਲੋਕਾਂ ਦੇ ਪ੍ਰਤੀ ਸੇਵਾ ਕਰਨ ਦਾ। ਅੱਜ ਦਾ ਯੁੱਗ ਦੇ ਵਿੱਚ ਸਿਰਫ ਜਿਹੜੇ ਵਪਾਰੀ ਬਣ ਕੇ
ਰਾਜਨੀਤੀ ਦੇ ਵਿੱਚ ਆ ਚੁੱਕੇ ਨੇ, ਉਹ ਕਰੋੜਾਂ ਰੁਪਈਆ ਲਾ ਕੇ ਤਾਂ ਉਹਨਾਂ ਨੇ ਅਰਬਾਂ ਕਮਾਉਣਾ ਆ, ਇਹ ਰਾਜਨੀਤੀ ਦਾ ਦੌਰ ਬਣ ਚੁੱਕੇ ਦਾ ਔਰ ਗਰੀਬ ਸਮਾਜ ਜਿਹੜਾ ਨੇਤਾ ਨਹੀਂ ਬਣ ਸਕਦਾ। ਉਸੇ ਗੱਲ ਨੂੰ ਲੈ ਕੇ ਅੱਜ ਮੈਂ ਆਪਣੇ ਪਰਿਵਾਰ ਦਾ, ਮੇਰੇ ਦੋ ਬੇਟੇ ਇੱਕ ਬੇਟੀ ਹੈ, ਮਿਸ ਹੈ, ਅਸੀਂ ਬਹੁਤ ਵੱਡੀ ਫੈਮਿਲੀ ਹੈ ਲੇਕਿਨ ਅਲੱਗ ਰਹਿੰਦੇ ਹਾਂ, ਲੇਕਿਨ ਆਪਣਾ ਗੁਜ਼ਾਰਾ ਇਸੇ ਹੀ ਥੈਲੇ ਦੇ ਦੁਆਰਾ ਹੀ ਕਰਕੇ ਅਤੇ ਆਪਣਾ ਜੀਵਨ ਬਤੀਤ ਕਰ ਰਿਹਾ। ਮਹਿੰਗਾਈ ਬਹੁਤ ਹੈ, ਮਹਿੰਗਾਈ ਦਾ ਦੌਰ ਚਾਹੀਏ ਅਤੇ ਅੱਜ ਗਰੀਬ ਸਮਾਜ, ਮੈਂ ਤੁਹਾਨੂੰ ਪਹਿਲੇ ਕਿਹਾ ਕਿ ਰੋਲ ਰਿਹਾ, ਉਹਨਾਂ ਦੇ ਘਰਾਂ 'ਚ ਜਾ ਕੇ ਦੇਖੋ ਲੜਾਈਆਂ ਲੱਗੀਆਂ ਹੋਈਆਂ ਨੇ ਪਰਿਵਾਰਾਂ ਦੇ ਵਿੱਚ, ਅਨਾਜ ਤੋਂ ਭੁੱਖ ਮਰੀ ਕਿਉਂਕਿ ਦਿਹਾੜੀ ਨਹੀਂ ਮਿਲਣੀ, ਘਰ ਜਾਣਾ, ਘਰ ਦੇ ਬੱਚਿਆਂ ਨੇ ਰੋਟੀ ਮੰਗਣੀ ਆ, ਪੈਸੇ ਅਦਕਾਉਣੇ ਨੇ ਅਤੇ ਮੀਆਂ ਬੀਬੀ ਲੜਦੇ ਨੇ। ਅਤੇ ਆਪਣੀ ਘਰੇਲੂਆਂ ਸਟੋਰੀਆਂ ਜਿਹੜੀਆਂ ਗਰੀਬ ਸਮਾਜ ਦੀਆਂ ਦੱਸ ਰਿਹਾ, ਜਿਨ੍ਹਾਂ ਤੱਕ ਜਿਹੜੇ ਲੀਡਰ ਪਹੁੰਚ ਨਹੀਂ ਕਰਦੇ, ਕੋਈ ਇੰਡਸਟਰੀਆਂ ਨਹੀਂ ਲਾਉਂਦੇ, ਕਿਸੇ ਨੂੰ ਕੰਮ ਨਹੀਂ ਮਿਲਦਾ ਪਿਆ, ਔਰ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਕੰਮ ਨਾ ਹੋਣ ਗਿਆ ਤਾਂ ਦਿਹਾੜੀ ਨਹੀਂ ਉਹਨਾਂ ਲੱਗਦੀ, ਔਖਾ ਹੋ ਜਾਂਦੇ ਨੇ। ਬਲਕਿ ਇਹ ਸਮਾਜ ਨੂੰ ਸਮਝਣਾ ਪਏਗਾ ਅਤੇ ਰਾਜਨੀਤੀ ਨੂੰ ਵੀ ਸਮਝਣਾ ਪਏਗਾ ਕਿ ਇਹ ਜਿਹੜੀ ਵੱਡੇ ਵਿਕਾਸਾਂ ਦੀ ਗੱਲ ਕਰ ਰਹੇ ਹਾਂ ਕਿ ਕੋਈ 6 ਲੈਨ 8 ਲੈਨ ਪਤਾ ਨਹੀਂ ਕਿੰਨੀਆਂ 16-16 ਲੈਨਾਂ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ, ਮੈਂ ਪਿੱਛੇ ਜੀ ਖਬਰਾਂ ਸੁਣੀਆਂ, ਲਿੰਕ ਤੋਂ ਲਿੰਕ ਜੋੜਦੇ ਆ, ਰਸਤੇ ਦੀ ਲੰਬਾਈ ਤਾਂ ਘਟਾਉਂਦੇ ਨੇ ਲੇਕਿਨ ਉਹਦੇ ਵਿੱਚ ਜਿਹੜੇ ਪੈਸੇ ਲੱਗਦੇ ਨੇ ਉਹ ਗਰੀਬ ਸਮਾਜ ਦੇ ਵੋਟਰਾਂ ਦੇ ਲੱਗਦੇ ਨੇ। ਉਹ ਚਾਹੇ 100 ਕਰੋੜ ਦੀ ਕੋਈ ਸੜਕ ਬਣ ਰਹੀ ਹੋਵੇ ਅਤੇ ਭਾਵੇਂ 200 ਕਰੋੜ ਦੀ ਬਣਾਉਂਦੇ ਹੋਣ, ਲੇਕਿਨ ਗਰੀਬ ਸਮਾਜ ਦੇ ਘਰਾਂ ਦੇ ਵਿੱਚ ਜਾ ਕੇ ਦੇਖੋ ਕਿ ਉਹਨਾਂ ਨੂੰ ਸੜਕਾਂ ਦੇ ਨਾਲ ਕੋਈ ਲਾਭ ਨਹੀਂ, ਉਹਨਾਂ ਨੂੰ ਰੋਟੀ ਨਾਲ ਲਾਭ ਹੈ। ਸਭ ਤੋਂ ਪਹਿਲਾਂ ਰਾਜਨੀਤੀ ਦੇ ਵਿੱਚ ਗਰੀਬ ਸਮਾਜ ਦੇ ਘਰ ਦੇ ਵਿੱਚ ਰੋਟੀ ਪੁੱਜਣੀ ਚਾਹੀਦੀ ਆ, ਹਰ ਪਰਿਵਾਰ ਨੂੰ ਰੋਜ਼ਗਾਰ ਮਿਲਣਾ ਚਾਹੀਦਾ, ਉਸ ਤੋਂ ਬਾਅਦ ਵਿਕਾਸ ਦੀ ਗੱਲਾਂ ਕੀਤੀਆਂ ਜਾ ਸਕਦੀਆਂ। ਅਦਰਵਾਈਜ਼ ਬਹੁਤ ਔਖਾ ਸਮਾਜ ਨਿਕਲ ਰਿਹਾ। ਮੈਂ ਕਿਹਾ ਪੁੱਛੋ ਨਾ, ਅੱਜ ਅਸੀਂ ਚੌਂਕ ਦੇ ਵਿੱਚ ਆਉਂਦੇ, ਅੱਜ ਬਹੁਤ ਸਾਰੀਆਂ ਇੱਦਾਂ ਦੀਆਂ ਖਬਰਾਂ ਸੁਣਦੇ ਹਾਂ ਕਿ ਅੱਜ ਉਹ ਨਹੀਂ ਰਿਹਾ, ਅੱਜ ਉਹ ਨਹੀਂ ਰਿਹਾ, ਅੱਜ ਉਹ ਨਹੀਂ ਰਿਹਾ, ਬੜੀ ਦੌੜ ਲੱਗੀ ਹੈ ਯਕਦਮ ਕਿ ਸਮਾਜ ਦੇ ਵਿੱਚ ਅਲਵਿਦਾ ਲੈ ਰਹੀ ਹੈ ਦੁਨੀਆ, ਗਰੀਬ ਸਮਾਜ ਵੀ, ਕਿਉਂਕਿ ਉਹਨਾਂ ਦੇ ਕਾਰਨ ਕਿ ਔਖਾ ਜੀਵਨ ਜਿਹਾ, ਟੈਨਸ਼ਨਾਂ ਜ਼ਿਆਦਾ ਪੈ ਜਾਂਦੀਆਂ, ਲੋਕ ਸਮੇਂ ਤੋਂ ਪਹਿਲਾਂ ਜਾ ਰਹੇ ਨੇ। ਠੀਕ ਹੈ, ਧੰਨਵਾਦ ਜੀ। ਤਾਂ ਬਿਲਕੁਲ, ਇਹ ਸਨ ਸਾਡੇ ਨਾਲ 2 ਵਾਰ ਹਲਕਾ ਭੂਆ ਤੋਂ ਰਹੇ MLA ਰਾਮਲਾਲ ਜੀ ਦੇ ਬੇਟੇ ਵਿਨੋਦ ਕੁਮਾਰ ਜੀ, ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਗੱਲਬਾਤ ਕੀਤੀ ਅਤੇ ਰਾਜਨੀਤਿਕ ਮੁੱਦਿਆਂ ਉੱਤੇ ਵੀ ਪਰਦਾ ਪਾਇਆ ਆਪਣੀ ਜ਼ੁਬਾਨੀ। ਅਤੇ ਉਹਨਾਂ ਨੇ ਸਾਫ਼ ਦੱਸਿਆ ਕਿ ਇਸ ਠੇਲੇ ਤੋਂ ਹੀ ਆਪਣੇ ਜਿਹੜੇ ਪਰਿਵਾਰ ਦਾ ਉਹ ਗੁਜ਼ਰ ਬਸਰ ਕਰ ਰਹੇ ਨੇ। ਜਿਹੜੇ ਅੱਜ ਕੱਲ੍ਹ ਦੇ ਲੀਡਰ ਨੇ ਉਹ ਰਾਜਨੀਤੀ ਨੂੰ ਵਪਾਰ ਬਣਾ ਕੇ ਬੈਠੇ ਨੇ, ਅਤੇ ਉਹਨਾਂ ਨੇ ਇੱਕ ਵਧੀਆ ਸੰਦੇਸ਼ ਵੀ ਜਿਹੜਾ ਅੱਜ ਕੱਲ੍ਹ ਦੇ ਲੀਡਰਾਂ ਨੂੰ ਦਿੱਤਾ। ਮੇਰੇ ਨਾਲ ਦੇਖਦੇ ਰਹੋ ਦੈਨਿਕ ਸਵੇਰਾ TV, ਤੁਹਾਨੂੰ ਇਸੇ ਤਰ੍ਹਾਂ ਦੀਆਂ ਹੋਰ ਖਬਰਾਂਵਾਂ ਦੇ ਨਾਲ ਹੋਰ ਜਾਣਕਾਰੀਆਂ ਦੇ ਨਾਲ ਰੂਬਰੂ ਕਰਾਉਂਦੇ ਰਹਾਂਗੇ। ਮੈਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।